ਤੁਸੀਂ ਵੱਡੇ ਹੋ ਐ ਪੈਰਾਂ ਨੂੰ ਛੂਹਦੇ ਚੰਗੇ ਨਹੀਂ ਲੱਗਦੇ। ਤਾਂ ਬੇਬੇ ਨਾਨਕੀ ਦੇ ਐ ਅੱਖਾਂ ਦੇ ਵਿੱਚ ਖੁਸ਼ੀ ਦੇ ਅੰਸੂ ਨੇ ਤੇ ਕਹਿਣ ਲੱਗੀ, ਵੀਰਿਆ ਮੈਂ ਤੈਨੂੰ ਕੇਵਲ ਆਪਣਾ ਵੀਰ ਹੀ ਨਹੀਂ ਮੰਨਿਆ, ਮੈਂ ਤੇ ਆਪਣੇ ਦਿਲ ਵਿੱਚ ਤੈਨੂੰ ਆਪਣਾ ਪੀਰ ਵੀ ਮੰਨ ਕੇ ਬੈਠੀ ਹੈ। ਕੇਵਲ ਆਪਣਾ ਵੀਰ ਹੀ ਨਹੀਂ ਮੰਨਿਆ ਤੈਨੂੰ, ਮੈਂ ਤੇ ਆਪਣਾ ਪੀਰ ਵੀ ਤੈਨੂੰ ਮੰਨ ਕੇ ਬੈਠੀ ਹੈ। ਬੇਬੇ ਨਾਨਕੀ ਕੀ ਕਹਿੰਦੀ ਹੈ, ਸਮਾਪਤੀ ਕਰੀਏ। ਉਹ ਮੇਰਾ ਵੀਰ ਵੀ ਮੇਰਾ ਪੀਰ ਵੀ ਤੂੰ ਹੈ। ਪਿਆਰ ਰੂਪੀ ਮਿਲਨੀ ਐ ਭੈਣ ਨੇ ਯਾਦ ਕੀਤਾ ਤਾਂ ਗੁਰੂ ਨਾਨਕ ਸਾਹਿਬ ਚੱਟ ਮਿਲਣ ਲਈ ਪਹੁੰਚੇ। ਸੋ ਇਸ ਕਰਕੇ ਗਿਆਨ ਲੈਣਾ ਚਾਹੀਦਾ, ਐਵੇਂ ਨਹੀਂ ਸਾਨੂੰ ਛੋਟੀਆਂ ਛੋਟੀਆਂ ਆਦਿ ਝੂਠੇ ਪਦਾਰਥਾਂ ਪਿੱਛੇ ਲੱਗ ਕੇ ਰਿਸ਼ਤੇ ਨਾਤੇ ਵਿਗਾੜ ਦੇਣੇ ਚਾਹੀਦੇ, ਕਾਇਮ ਰੱਖਣੇ ਚਾਹੀਦੇ ਨੇ ਰਿਸ਼ਤੇ ਨਾਤੇ ਸਭ। ਇੰਨੀ ਅਹਿਮਤ ਨਾ ਅਹਿਮੀਅਤ ਨਹੀਂ ਪਦਾਰਥਾਂ ਨੂੰ ਦੇਣੀ ਚਾਹੀਦੀ ਕਿ ਸਾਡਾ ਆਪਸੀ ਪ੍ਰੇਮ ਹੀ ਟੁੱਟ ਜਾਏ। ਪ੍ਰੇਮ ਹੀ ਤੇ ਇੱਕ ਸਾਧਨ ਹੈ ਪ੍ਰਭੂ ਨੂੰ ਮਿਲਣ ਦਾ। ਸੋ ਆਪ ਜੀ ਭਾਈਚਾਰਕ ਸਾਂਝ ਕਾਇਮ ਰੱਖੀਏ, ਪ੍ਰੇਮ ਇਤਫਾਕ ਰੱਖੀਏ ਆਪਸ ਵਿੱਚ। ਗੁਰੂ ਸਾਹਿਬਾਨਾਂ ਦਾ ਕਿੰਨਾ ਪਿਆਰ, ਔਰ ਵੇਖੋ ਗੁਰੂ ਸਾਹਿਬਾਨ ਕਿੰਨੇ ਆਪਣੀਆਂ ਧਰਮ ਸਪੁੱਤਰੀਆਂ ਨੂੰ ਪਿਆਰ ਕਰਦੇ ਸਨ, ਔਰ ਬੀਬੀਆਂ ਮਹਿਲ ਗੁਰੂ ਕੀ ਕਿੰਨਾ ਸਤਿਕਾਰ ਕਰਦੀਆਂ ਸੀ ਆਪਣੇ ਘਰ ਵਾਲਿਆਂ ਦਾ, ਕਿਵੇਂ ਉਹਨਾਂ ਦੇ ਹੁਕਮ ਵਿੱਚ ਖੜ ਕੇ ਸੇਵਾ ਕਰਦੀਆਂ ਸਨ। ਸੋ ਸਾਰਿਆਂ ਨੂੰ ਸਾਨੂੰ ਗਿਆਨ ਸਿਹਤ ਲੈਣੀ ਚਾਹੀਦੀ ਹੈ, ਆਪਣੇ ਜਿਹੜੇ ਰਿਸ਼ਤੇ ਨਾਤੇ ਨੇ ਇਹਨਾਂ ਵਿੱਚ ਵੀ ਪ੍ਰੇਮ ਰੂਪੀ ਰੰਗਤ ਲੈ ਕੇ ਆਉਣੀ ਚਾਹੀਦੀ ਹੈ। ਘਰ ਵਿੱਚ ਪ੍ਰੇਮ ਹੋਵੇ ਸਵਰਗ ਬਣ ਜਾਂਦਾ ਹੈ, ਜਿੱਥੇ ਪ੍ਰੇਮ ਨਾ ਹੋਵੇ ਇਤਫਾਕ ਨਾ ਹੋਵੇ ਉਹ ਨਰਕ ਬਣ ਜਾਂਦਾ ਹੈ। ਸੋ ਇਸ ਕਰਕੇ ਪ੍ਰੇਮ ਰੱਖੋ, ਘਰਾਂ ਵਿੱਚ ਪ੍ਰੇਮ ਰੱਖੋ, ਇਕੱਠੇ ਬੈਠਣਾ ਸਿੱਖੋ, ਇਕੱਠੇ ਛਕਣਾ ਸਿੱਖੋ, ਇਕੱਠੇ ਰਹਿਣਾ ਬਹਿਣਾ ਸੌਣਾ ਸਿੱਖੋ,
ਇਹ ਘਰਾਂ ਵਿੱਚ ਹੋਣਾ ਚਾਹੀਦਾ। ਫਿਰ ਗੁਰੂ ਸਾਹਿਬ ਕਿਰਪਾ ਕਰਦੇ, ਜਿੱਥੇ ਪ੍ਰੇਮ ਇਤਫਾਕ ਹੈ ਉੱਥੇ ਸ਼ਕਤੀ ਆ ਕੇ ਠਹਿਰਦੀ ਹੈ, ਜਿੱਥੇ ਪ੍ਰੇਮ ਇਤਫਾਕ ਨਹੀਂ ਉੱਥੇ ਕੁਝ ਵੀ ਸਾਧ ਸੰਗ ਜੀ ਵਰ ਨਹੀਂ ਆਉਂਦਾ, ਘਾਟਾ ਹੀ ਘਾਟਾ ਪੈਂਦਾ ਜਾਂਦਾ। ਸਵਾਓ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ, ਕਰੀਬਨ 11 ਵੱਜ ਗਏ ਨੇ। ਸੋ ਕੱਲ੍ਹ ਆਪਾਂ 11:15 11:45 ਤੇ 1:30 ਦਾ ਸਮਾਪਤੀ ਕਰੀ ਸੀ। ਸੋ ਅੱਜ ਥੋੜ੍ਹਾ ਜਿਹਾ ਸਮਾਂ ਓਵਰ ਹੋ ਗਿਆ, ਪਰ ਇਹ ਸਾਰਾ ਕੁਛ ਆਪ ਜੀ ਦੀ ਸੰਗਤ ਦੇ ਮਿਹਰ ਦੇ ਸਦਕਾ ਹੈ, ਕਿਉਂਕਿ ਆਉਂਦਿਆਂ ਹੀ ਸੰਗਤ ਕਹਿਣਾ ਸ਼ੁਰੂ ਕਰਤਾ ਵੀ ਕੋਈ ਗੱਲ ਨਹੀਂ 10 ਮਿੰਟ ਅੱਧਾ ਘੰਟਾ ਜ਼ਿਆਦਾ ਹੋ ਜਾਏਗਾ ਅਤੇ ਕੋਈ ਗੱਲ ਨਹੀਂ, ਪਰ ਅੱਜ ਟਾਈਮ ਥੋੜ੍ਹਾ ਲਾ ਦਿਓ, ਸੰਗਤ ਆਨੰਦ ਲਵੇ ਸਾਰੀ। ਬੜੇ ਪਿਆਰ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕ ਸੱਜਣਾ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ, ਭਾਵੇਂ ਇਸ ਵਾਰ ਪਹਿਲੇ ਦਿਨ ਦੀਵਾਨ ਲੱਗਿਆ, ਦੂਸਰੇ ਦਿਨ ਹਨੇਰੀ ਆ ਗਈ, ਮੀਂਹ ਚੱਲਿਆ, ਪੂਰਾ ਟੈਂਟ ਪੱਟਿਆ ਗਿਆ, ਫਿਰ ਅੱਗੇ ਲਾਇਆ ਰਾਤ ਵੀ, ਕਹਿੰਦੇ ਪਰਸੋਂ ਰਾਤ ਅੱਜ ਸਵੇਰੇ ਵੀ ਬਹੁਤ ਹਨੇਰੀ ਆ ਗਈ, ਕਹਿੰਦੇ ਫਿਰ ਟੈਂਟ ਖੋਲਿਆ, ਸਾਰਾ ਪੱਟਿਆ, ਫਿਰ ਦੁਬਾਰੇ ਤੋਂ ਲਾਇਆ। ਬਹੁਤ ਖੇਚਲਾ ਕਰਨੀ ਪਈ ਹੈ, ਅਤੇ ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਸੋਹਣਾ ਸਮਾਂ ਆਪਾਂ ਨੂੰ ਦਿੱਤਾ। ਸੋ ਹਰ ਸਾਲ ਦਾ ਇਹ ਸਮਾਗਮ ਹੁੰਦਾ, ਪਿਆਰ ਵਿੱਚ ਅਸੀਂ ਤੁਸੀਂ ਹਾਜ਼ਰੀ ਭਰਦੇ ਹੋ, ਪ੍ਰੇਮ ਨਾਲ ਰਹੀਏ, ਜਦੋਂ ਵੀ ਸਮਾਂ ਬਣਦਾ ਹੈ ਵੱਧ ਤੋਂ ਵੱਧ ਲਾਹੇ ਲਈਏ, ਔਰ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਪਾਨ ਕਰੋ, ਗੁਰੂ ਘਰ ਜਾਓ, ਗੁਰੂ ਨਾਲ ਜੁੜੋ। ਗੁਰੂ ਵਾਲੇ ਨਹੀਂ ਬਣੇ, ਅੰਮ੍ਰਿਤਧਾਰੀ ਨਹੀਂ ਹੋਏ, ਤਾਰਕ ਮੰਤਰ ਪੰਜ ਪਿਆਰਿਆਂ ਤੋਂ ਨਹੀਂ ਲਿਆ, ਤੇ ਫਿਰ ਦਾਖਲਾ ਲਈਏ, ਪੰਜ ਪਿਆਰਿਆਂ ਦੇ ਪੇਚ ਹੋ ਕੇ ਅੰਮ੍ਰਿਤ ਦੀ ਦਾਤ ਹਾਸਲ ਕਰੀਏ, ਔਰ ਤਾਰਕ ਮੰਤਰ ਜਿਹੜਾ ਕਲਿਆਣਕਾਰੀ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਰ ਉਤਾਰਨ ਹਾਰ, ਉਹ ਤਾਰਕ ਮੰਤਰ ਹਾਸਲ ਕਰੀਏ, ਟਿਕਟਾਂ ਲਈਏ, ਇਹ ਟਿਕਟਾਂ ਨੇ ਦਰਗਾਹ ਦੀਆਂ, ਅਤੇ ਫਿਰ ਸੁਰਖਰੂ ਹੋ ਕੇ ਤੋਂ ਦੁਨੀਆਂ ਤੋਂ ਜਾਈਏ। ਸੋ ਅਸਲ ਇਹ ਆਲਾਹਾ ਹੈ, ਜ਼ਰੂਰ ਅੰਮ੍ਰਿਤ ਵੇਲੇ ਉੱਠੋ, ਉੱਠ ਕੇ ਇਸ਼ਨਾਨ ਕਰੋ, ਫਿਰ ਗੁਰੂ ਘਰ ਜਾਓ, ਦਰਸ਼ਨ ਮੇਲੇ ਕਰੋ, ਔਰ ਆਪਣਾ ਕਾਰ ਵਿਹਾਰ ਵੀ ਕਰੋ, ਇਹ ਜ਼ਰੂਰੀ ਹੈ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ, ਇਹ ਵੀ ਸਿਧਾਂਤ ਜ਼ਰੂਰੀ ਹੈ। ਜਦੋਂ ਸਤਸੰਗ ਮਿਲਦਾ, ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰੋ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਵੀ ਵੀਰਾਂ ਭੈਣਾਂ ਨੇ, ਭਰਾਵਾਂ ਨੇ, ਬਜ਼ੁਰਗਾਂ ਨੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਇਸ ਸਮਾਗਮ ਦੇ ਵਿੱਚ ਹਿੱਸਾ ਪਾਇਆ। ਸਤਿਗੁਰੂ ਮਿਹਰ ਕਰਨ, ਸਾਰਿਆਂ ਨੂੰ ਚਾਰ ਚੰਨ ਲਾਉਣ, ਤਰੱਕੀਆਂ ਬਖਸ਼ਿਸ਼ ਕਰਨ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ, ਪ੍ਰੇਮ ਇਤਫਾਕ ਰਲ ਮਿਲ ਕੇ ਬੈਠਣ ਦੀ ਸੋਝੀ ਬਖਸ਼ਿਸ਼ ਕਰਨ। ਸਾਰੀ ਸੰਗਤ ਦਾ, ਪ੍ਰਬੰਧਕ ਸੱਜਣਾਂ ਦਾ, ਸਾਰਿਆਂ ਦਾ ਧੰਨਵਾਦ, ਨੌਜਵਾਨਾਂ ਦਾ। ਪਿਛਲੀ ਵਾਰ ਇੱਕ ਪਾਸੇ ਛਬੀਲ ਲਾਈ ਸੀ ਪਾਣੀ ਦੀ, ਇਸ ਵਾਰ ਬੀਬੀਆਂ ਨੇ ਵੀ ਬਰਾਬਰੀ ਛਬੀਲ ਲਾਤੀ, ਬਹੁਤ ਸੋਹਣਾ। ਬੀਬੀਆਂ ਨੇ ਵੀ ਘੱਟ ਪਿੱਛੇ ਕਿਉਂ ਰਹਿਣਾ, ਬਹੁਤ ਸੋਹਣਾ। ਪਰ ਇਸ ਵਾਰ ਮੌਸਮ ਵੀ ਠੀਕ ਹੀ ਹੈ, ਬਹੁਤਾ ਗਰਮ ਨਹੀਂ ਹੈ ਮੌਸਮ। ਪਿਛਲੀ ਵਾਰ ਪੱਖੇ ਪੁੱਖੇ ਲਾਉਣੇ ਪਏ ਸੀ, ਐਤਕੀ ਵਾਹਿਗੁਰੂ ਨੇ ਪੱਖੇ ਲਾਏ ਹੋਏ, ਬਹੁਤ ਸੋਹਣਾ। ਐਤਕੀ ਇੰਨਾ ਜ਼ਿਆਦਾ ਗਰਮਾਇਸ਼ ਨਹੀਂ ਹੈ, ਠੰਡਾ ਹੀ ਰਿਹਾ ਮੌਸਮ, ਸੋ ਬਹੁਤ ਸੋਹਣਾ। ਅਤੇ ਸਾਰਿਆਂ ਦਾ, ਉਹ ਭਰਾਵਾਂ ਦਾ, ਛਬੀਲ ਵਾਲਿਆਂ ਦਾ ਵੀ, ਸੇਵਾਦਾਰਾਂ ਦਾ, ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨਕੋਟ ਧੰਨਵਾਦ, ਸ਼ੁਕਰ ਜਿਨ੍ਹਾਂ ਨੇ ਰਹਿਮਤ ਵਰਤਾਈ ਹੈ। 10 ਤੋਂ 3 ਦਿਨ
ਹਾਜ਼ਰੀ ਭਰਦਿਆਂ ਪਾਸੋਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਔਰ 20 ਤਰੀਕ ਦਾ ਪ੍ਰੋਗਰਾਮ ਆਪਾਂ ਉੱਥੇ ਅਸਥਾਨ ਤੇ ਰੱਖਿਆ ਮਹਾਂਪੁਰਖਾਂ ਦਾ ਦੀ ਯਾਦ ਵਿੱਚ ਹੈ ਬਾਬਾ ਛੋਟਾ ਸਿੰਘ ਜੀ ਦੀ। ਵੈਸੇ ਤੇ ਪੂਰਨਮਾਸ਼ੀ ਆਪਾਂ ਮਨਾਉਣੇ ਹੁੰਦੇ ਇੱਕ ਦਿਨ ਬਾਅਦ ਜੇ 18 ਤਰੀਕ ਦੀ ਹੈ ਤੇ 19 ਨੂੰ ਦਿਨੇ, ਪਰ ਇਸ ਵਾਰ 19 ਦੀਆਂ ਵੋਟਾਂ ਕਰਕੇ ਆਪਾਂ ਇੱਕ ਦਿਨ ਡਿਲੇਅ ਕੀਤਾ, ਲੇਟ ਕੀਤਾ। 20 ਤਰੀਕ ਦਾ ਆਪਾਂ ਉੱਥੇ ਪ੍ਰੋਗਰਾਮ ਰੱਖਿਆ। ਸਮਾਂ ਤੁਹਾਡੇ ਕੋਲ ਹੋਵੇ ਤੇ ਜ਼ਰੂਰ ਉੱਥੇ ਹਾਜ਼ਰੀ ਭਰਿਓ, ਦਰਸ਼ਨ ਦਿਓ ਆ ਕੇ। ਸ਼ੰਕਰ ਨਗਰ ਵਿਖੇ ਕਾਫੀ ਸੰਗਤ ਇੱਥੋਂ ਜਾਂਦੀ ਵੀ ਹੈ ਤੇ ਤੁਹਾਡੇ ਕੋਲ ਸਮਾਂ ਹੋਵੇ ਤੇ ਜ਼ਰੂਰ ਉੱਥੇ ਦਰਸ਼ਨ ਦਿਓ, ਰੌਣਕ ਵਧਾਇਓ। 20 ਤਰੀਕ ਨੂੰ ਕਰੀਬਨ 11 ਤੋਂ 2 ਵਜੇ ਤੱਕ ਦਾ ਟਾਈਮ ਹੁੰਦਾ, 1:30-2 ਵਜੇ ਸਮਾਪਤੀ ਹੁੰਦੀ ਹੈ। ਸਾਰੀ ਸੰਗਤ ਨੂੰ ਇਹ ਬੇਨਤੀ ਹੈ, ਆਪ ਜੀ ਨੂੰ ਸਾਰੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ। ਆਓ ਹੁਣ ਗੱਜ ਵੱਜ ਕੇ ਆਨੰਦ ਸਾਹਿਬ ਵਿੱਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਕਿਰਪਾ ਕਰਿਓ। ਫਿਰ ਅਰਦਾਸ ਹੁਕਮਨਾਮਾ ਸਾਹਿਬ ਸੁਣ ਕੇ ਸਤਿਗੁਰੂ ਅੱਗੇ ਅੱਗੇ ਜਾਣਗੇ, ਫਿਰ ਸਾਰੀ ਸੰਗਤ ਨੇ ਪਿੱਛੇ ਪਿੱਛੇ ਜਾਣਾ। ਚਾਹੁੰਦੇ ਪਾਉਣੇ ਨੇ ਅੱਗੇ, ਕੋਈ ਪਹਿਲਾਂ ਕਾਹਲੀ ਨਾ ਕਰੇ, ਹੁਣ ਸਾਰੀ ਸੰਗਤ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਜਾਇਓ। ਸੋ ਇਹ ਜਿਹੜਾ ਪ੍ਰੋਗਰਾਮ ਲਾਈਵ ਵੀ ਕੀਤਾ ਹੈ ਫੇਸਬੁੱਕ 'ਤੇ, ਇਹ ਤੁਸੀਂ ਵੇਖ ਸਕਦੇ ਹੋ। ਯੂਟਿਊਬ 'ਤੇ ਵੀ 2-4 ਦਿਨਾਂ ਨੂੰ ਪਾ ਦਿੱਤਾ ਜਾਏਗਾ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਨਾਨਕ ਸਰ ਮੀਡੀਆ ਲਾਈਵ ਫੇਸਬੁੱਕ 'ਤੇ ਤੁਸੀਂ ਵੇਖ ਸਕਦੇ ਹੋ, ਇਹ ਪ੍ਰੋਗਰਾਮ ਆਪਣਾ ਦੂਰ ਤੱਕ ਜਾਏਗਾ। ਸਾਰੀ ਸੰਗਤ ਦਾ ਧੰਨਵਾਦ। ਗੱਜ ਵੱਜ ਕੇ ਨਾਨਕ ਸਾਹਿਬ ਵਿੱਚ ਬੋਲੋ, ਸ਼ਬਦ